ਕਹਿੰਦੇ ਨੇ ਜੇਕਰ ਕੁਝ ਕਰਨ ਦੀ ਚਾਹਤ ਹੋਵੇ ਤਾਂ ਰੱਬ ਵੀ ਪਾਇਆ ਜਾ ਸਕਦਾ ਹੈ ਤੇ ਅਜਿਹਾ ਹੀ ਕੁਝ ਕਰ ਦਿਖਾਇਆ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਜੀ ਹਾਂ ਕਾਲਜ ਦੇ ਇਲੈਕਟ੍ਰੋਨਿਕਲ ਵਿਭਾਗ ਦੇ ਵਿਦਿਆਰਥੀਆਂ ਨੇ ਬੈਟਰੀ ਨਾਲ ਚੱਲਣ ਵਾਲਾ ਸਕੂਟਰ ਤਿਆਰ ਕਰ ਦਿੱਤਾ ਕਾਲਜ ਦੇ ਇਲੈਕਟ੍ਰੋਨਿਕਸ ਵਿਭਾਗ ਦੇ ਵਿਦਿਆਰਥੀਆਂ ਨੇ ਮਿਲ ਕੇ ਇਹ ਪ੍ਰੋਜੈਕਟ 6 ਮਹੀਨਿਆਂ ਦੇ ਵਕਫੇ ਦੌਰਾਨ ਮੁਕੰਮਲ ਕੀਤਾ ਜਿਸ ਦੇ ਚਰਚੇ ਹੁਣ ਪੂਰੇ ਲੁਧਿਆਣੇ 'ਚ ਹੀ ਨਹੀਂ ਸਗੋਂ ਵੱਡੀਆਂ ਵੱਡੀਆਂ ਕੰਪਨੀਆਂ 'ਚ ਵੀ ਹੋਣ ਲੱਗੇ ਨੇ ਆਖਿਰਕਾਰ ਵਿਦਿਆਰਥੀਆਂ ਨੇ ਇਸ ਸਕੂਟਰ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਤੁਸੀਂ ਵਿਦਿਆਰਥੀਆਂ ਤੋਂ ਹੀ ਸੁਣ ਲਓ ਇਸ ਦੇ ਲਈ ਸਾਡਾ ਪ੍ਰੋਜੈਕਟ ਜਿਵੇਂ ਕਿ ਈ ਸਕੂਟੀ ਆਪਾਂ ਤਿਆਰ ਕੀਤਾ ਇਹਦਾ ਕਨਸੈਪਟ ਸਾਡੇ ਦਿਮਾਗ 'ਚ ਇਸ ਤਰ੍ਹਾਂ ਆਇਆ ਕਿ ਅਸੀਂ ਪਹਿਲਾਂ ਤਾਂ ਅਸੀਂ ਸੋਚਿਆ ਸੀ ਕਿ ਹੋਮ ਆਟੋਮੇਸ਼ਨ ਦੇ ਉੱਤੇ ਹੀ ਆਪਾਂ ਕੁਛ ਨਾ ਕੁਛ ਡਿਜ਼ਾਇਨ ਕਰੀਏ ਬਟ ਹੋਮ ਆਟੋਮੇਸ਼ਨ ਇਜ਼ ਗੋਇੰਗ ਕੋਮਨ ਐਵਰੀਵੇਅਰ ਐਂਡ ਇਟ ਇਜ਼ ਅ ਸੋਫਟਵੇਅਰ ਪ੍ਰੋਜੈਕਟ ਅਤੇ ਅਸੀਂ ਫਿਰ ਕਿਸੇ ਦਿਨ ਆਪਾਂ ਮੈਂਟੋਰ ਕੋਲ ਮਿਲੇ ਕਿ ਹਾਂ ਇਸ ਦੇ ਉੱਤੇ ਸਾਨੂੰ ਆਈਡੀਆ ਦਿੱਤਾ ਜਾਵੇ ਹੋਮ ਆਟੋਮੇਸ਼ਨ ਦੇ ਬਟ ਮੈਂਟੋਰ ਕਹਿੰਦੇ ਕਿ ਕੁਛ ਨਾ ਕੁਛ ਕੀ ਕਹਿੰਦੇ ਮਤਲਬ ਹਾਰਡਵੇਅਰ 'ਤੇ ਕੀਤਾ ਜਾਵੇ ਜਿਹਦਾ ਕੀ ਕਹਿੰਦੇ ਟਰੈਂਡ ਘੱਟਦਾ ਜਾ ਰਿਹਾ ਅੱਜ ਕੱਲ੍ਹ ਫਿਰ ਅਸੀਂ ਕਿਹਾ ਹਾਂਜੀ ਅਤੇ ਆਪਾਂ ਫਿਰ ਰਿਸਰਚ ਕਰਨੀ ਸ਼ੁਰੂ ਕੀਤੀ ਤਾਂ ਫਿਰ ਜਿਵੇਂ ਕਿ ਸਾਨੂੰ ਪਤਾ ਮਾਡਰਨ ਐਰਾ ਇਸ ਵੇਲੇ ਇਲੈਕਟ੍ਰਿਕ ਵਹੀਕਲ ਦਾ ਹੈ ਤਾਂ ਉਸ ਦੇ ਉੱਤੇ ਆਪਾਂ ਕੰਮ ਕਰਦੇ ਕਰਦੇ ਤਾਂ ਸਾਡੇ ਦਿਮਾਗ 'ਚ 8 to 9 ਆਈਡੀਆਜ਼ ਆਏ ਜਿਵੇਂ ਹਾਈਬ੍ਰਿਡ ਹੋ ਗਿਆ ਜਿਵੇਂ ਲਿਥੀਅਮ ਆਇਨ ਬੈਟਰੀ ਨਾਲ ਚਲਾਉਣਾ ਹੋ ਗਿਆ ਜਾਂ ਕੁਛ ਫਿਰ ਇਹ ਦੇਖਿਆ ਕਿ ਕੋਸਟ ਉਹਨਾਂ ਦੀ ਕਿੰਨੀ ਐਕਸਪੈਂਸਿਵ ਪੈ ਰਹੀ ਹੈ ਅਤੇ ਫਿਰ ਫਾਈਨਲੀ ਆਪਾਂ ਕੀ ਕਹਿੰਦੇ ਫੁੱਲੀ ਇਲੈਕਟ੍ਰਿਕ ਵਹੀਕਲ ਵਿਦ ਨੋਰਮਲ ਬੈਟਰੀਸ ਜਿਹੜੇ ਡਰਾਈਵ ਬੈਟਰੀਜ਼ ਯੂਜ਼ ਕਰਦੇ ਹਾਂ ਉਹ ਤੋਂ ਆਪਾਂ ਡਿਜ਼ਾਇਨ ਕੀਤਾ ਰੂਪ ਰੇਖਾ ਬੇਸਿਕਲੀ ਸਾਡਾ ਅਸੀਂ ਤਿਆਰ ਤਾਂ ਬਹੁਤ ਦਿਮਾਗ ਨਾਲ ਕੀਤੀ ਆ ਸਾਨੂੰ ਕਈ ਤਰ੍ਹਾਂ ਦੇ ਚੈਲੇਂਜਸ ਫੇਸ ਕਰਨੇ ਪਏ ਸਾਨੂੰ ਪਹਿਲਾਂ ਬੈਟਰੀਜ਼ ਦੀ ਅਵੇਲੇਬਿਲਟੀ ਦਿੱਕਤ ਆ ਰਹੀ ਸੀ ਅਤੇ ਉਸ ਤੋਂ ਬਾਅਦ ਅਸੀਂ ਕਈ ਤਰ੍ਹਾਂ ਦੀ ਕੰਪਨੀਜ਼ ਨਾਲ ਡੀਲ ਵੀ ਕੀਤਾ ਕੋਟੇਸ਼ਨਸ ਮੰਗਵਾਈਆਂ ਕਿ ਸਾਨੂੰ ਰੇਟ ਸਹੀ ਮਿਲੇ ਅਤੇ ਅੱਛੀ ਚੀਜ਼ ਮਿਲੇ ਅਤੇ ਲਾਸਟ ਵਿੱਚ ਸਾਨੂੰ ਇੱਕ ਅੱਛੀ ਬੈਟਰੀ ਮਿਲੀ ਅਤੇ ਆਪਾਂ ਉਹਨੂੰ ਪ੍ਰੋਪਰ ਟੈਸਟ ਕੀਤਾ ਕਿ ਵਾਕਈ ਇਹ ਹੋ ਸਕਦਾ ਹੈਲਪ ਹੋ ਸਕਦੀ ਸੀ ਜਿਵੇਂ ਫੋਰਨ 'ਚ ਟੈਸਲਾ ਮੋਟਰਸ ਕੰਮ ਕਰ ਰਹੀ ਆ ਇਲੈਕਟ੍ਰਿਕ ਕਾਰਸ 'ਤੇ ਕੰਮ ਕਰ ਰਹੀ ਆ ਕੁਛ ਇੱਦਾਂ ਦਾ ਹੀ ਅਸੀਂ ਆਪਣਾ ਬਾਈਕਸ ਦੇ ਵਿੱਚ ਕਰਨ ਦੀ ਸੋਚੀ ਅਤੇ ਕਰਦੇ ਕਰਦੇ ਕਈ ਤਰ੍ਹਾਂ ਦੇ ਸਾਨੂੰ ਜਿਹੜੇ ਚੈਲੇਂਜਸ ਆ ਉਹਨੂੰ ਪਾਰ ਕਰਦੇ ਹੋਏ ਅਸੀਂ ਫਾਈਨਲੀ ਮਾਡਲ ਤਿਆਰ ਕਰ ਹੀ ਦਿੱਤਾ ਉੱਧਰ ਇਲੈਕਟ੍ਰੋਨਿਕ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾਕਟਰ ਕਨਵਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਕਿ ਉਹਨਾਂ ਦੇ ਵਿਦਿਆਰਥੀਆਂ ਨੇ ਇਸ ਪ੍ਰੋਜੈਕਟ 'ਤੇ ਕੰਮ ਕਰਕੇ ਇਸ ਨੂੰ ਪੂਰਾ ਕੀਤਾ ਅਤੇ ਇਸ ਪ੍ਰੋਜੈਕਟ ਰਾਹੀਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਪ੍ਰੇਰਣਾ ਮਿਲੇਗੀ ਇਹ ਜਿਹੜੇ ਸਾਡੇ ਸਟੂਡੈਂਟਸ ਹੈਗੇ ਆ ਜਿਨ੍ਹਾਂ ਨੇ ਇਹ ਪ੍ਰੋਜੈਕਟ ਬਣਾਇਆ ਹੈ ਸੋ ਇਹ ਸਾਡੇ ਲਈ ਬਹੁਤ ਫਖਰ ਦੀ ਗੱਲ ਹੈਗੀ ਹੈ ਕਿ ਇਹ ਬੱਚੇ ਅੱਜ ਦੇ ਰੀਸੈਂਟ ਟੈਕਨੋਲੋਜੀ ਨੂੰ ਯੂਜ਼ ਕਰਕੇ ਤੋ ਜੋ ਅੱਜ ਕੱਲ੍ਹ ਦੀ ਰਿਕੁਆਇਰਮੈਂਟ ਹੈਗੀ ਹੈ ਕਿ ਸਾਡਾ ਪੋਲਿਊਸ਼ਨ ਜਿਹੜਾ ਇਨਵਾਇਰਮੈਂਟ ਦਾ ਹੈਗਾ ਜਿਹੜਾ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਲਈ ਬਹੁਤ ਡੇਂਜਰਸ ਲੈਵਲ 'ਤੇ ਪਹੁੰਚ ਚੁੱਕਿਆ ਹੈ ਉਸ ਨੂੰ ਇੱਕ ਤਰ੍ਹਾਂ ਨਾਲ ਇਹਨਾਂ ਨੇ ਘੱਟ ਕਰਨ ਦਾ ਖਤਮ ਕਰਨ ਦਾ ਉਪਰਾਲਾ ਕੀਤਾ ਜਿਹੜਾ ਇਲੈਕਟ੍ਰਿਕ ਵਹੀਕਲ ਦੀ ਅੱਜ ਕੱਲ੍ਹ ਦੇ ਜ਼ਮਾਨੇ 'ਚ ਬਹੁਤ ਲੋੜ ਹੈਗੀ ਹੈ ਜਿੰਨੇ ਵੀ ਇੰਟਰਨਲ ਕੰਬਸ਼ਨ ਇੰਜਨ ਜਿਹੜੇ ਪਹਿਲਾਂ ਚੱਲਦੇ ਸੀਗੇ ਹੁਣ ਉਹ ਹੁਣ ਚੇਂਜ ਹੋ ਰਹੇ ਨੇ ਇੰਡੀਅਨ ਗੌਰਮੈਂਟ ਨੇ ਵੀ ਕਿਹਾ ਵੀ ਅਸੀਂ 2023 ਤੱਕ ਜਿੰਨੇ ਵੀ ਹੈਗੇ ਆ ਉਹ ਸਾਰੇ ਇਲੈਕਟ੍ਰਿਕ ਵਹੀਕਲਸ ਨੂੰ ਬੜਾਵਾ ਦੇ ਕੇ ਉਹਨਾਂ ਦਾ ਵਾਧਾ ਕਰਕੇ ਅਸੀਂ ਸਾਰੇ ਇਲੈਕਟ੍ਰਿਕ ਹੀ ਵਹੀਕਲਸ ਲੈ ਕੇ ਆਉਣੇ ਆ ਸੋ ਵਿਦਿਆਰਥੀਆਂ ਨੇ ਮਿਹਨਤ ਸਦਕਾ ਇੱਕ ਨਵੀਂ ਕਾਢ ਨੂੰ ਜਨਮ ਦਿੱਤਾ ਜੋ ਕਿ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾਦਾਇਕ ਹੈ ਇਸ ਨਾਲ ਸਾਬਿਤ ਹੋ ਜਾਂਦਾ ਹੈ ਕਿ ਮਿਹਨਤ ਸਦਕਾ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ ਬਿਊਰੋ ਰਿਪੋਰਟ ETV ਭਾਰਤ